ਹੁਣ ਅਸੀਂ ਆ ਪਹੁੰਚੇ ਹਾਂ ਜੀ ਆਪਣੀ ਘੈਂਟ ਜੀ ਲੋਕੇਸ਼ਨ 'ਤੇ, ਅਟਲ ਸੇਤੂ ਬਸੌਲੀ ਬ੍ਰਿਜ, ਜਿਹੜਾ ਇੱਥੇ ਆ ਵਾਇਰ ਬ੍ਰਿਜ ਆ। ਇਹਦੇ ਬਾਰੇ ਵੀ ਸਾਨੂੰ ਭਾਈ ਦੱਸਣ ਕਦੋਂ ਬਣਿਆ ਸੀ, ਕੀ ਸੀਗਾ ਇਹਦੀ ਹਿਸਟਰੀ ਭਾਈ ਦੱਸਣਗੇ। ਦੱਸੋ ਭਾਜੀ। ਹਿਸਟਰੀ ਕੁਛ ਨਹੀਂ, ਐਕਚੁਲੀ ਜੇ ਐਂਡ ਕੇ ਨੂੰ ਪੰਜਾਬ ਹਿਮਾਚਲ ਨਾਲ ਜੋੜਨ ਵਾਸਤੇ ਇੱਕੋ ਪੁੱਲ ਹੀ ਰਾਵੀ ਵਾਲਾ ਮਾਧੋਪੁਰ, ਠੀਕ ਹੈ। ਉਹਦੇ ਬਾਅਦ ਇਹਨਾਂ ਨੇ ਦੋ ਤਿੰਨ ਪੁੱਲ ਹੋਰ ਬਣਾਏ ਆ। ਕਠੂਏ 'ਚ ਇੱਕ ਪੁੱਲ ਹੋਰ ਬਣਿਆ ਰਾਵੀ 'ਤੇ, ਜਿਹੜਾ ਪੰਜਾਬ ਅਤੇ ਜੇ ਐਂਡ ਕੇ ਨੂੰ ਜੋੜਦਾ। ਅੱਛਾ। ਤੇ ਇੱਕ ਇਹ ਬਣਿਆ, ਇਹ ਤਿੰਨ ਸਟੇਟਾਂ ਨੂੰ ਜੋੜਦਾ ਹੈ, ਜੇ ਐਂਡ ਕੇ, ਪੰਜਾਬ, ਹਿਮਾਚਲ। ਅੱਛਾ, ਮਤਲਬ ਇਹ ਪੁੱਲ ਕ੍ਰੋਸ ਕਰਕੇ ਲੈਫਟ ਸਾਈਡ ਤੇ ਆਪਣਾ ਹਿਮਾਚਲ ਹੈ, ਰਾਈਟ ਸਾਈਡ ਤੇ ਪੰਜਾਬ। ਅੱਛਾ, ਮਤਲਬ ਫਿਰ ਆ ਸਾਹਮਣੇ ਆਪਣਾ ਆ ਗਿਆ ਜੇ ਐਂਡ ਕੇ, ਇਧਰੋਂ ਆਪਾਂ ਸਿੱਧਾ ਜੇ ਐਂਡ ਕੇ ਆ ਗਿਆ। ਇਸ ਸਾਈਡ ਤੇ ਤੁਸੀਂ ਲੈਫਟ ਚੱਲ ਜਾਓਗੇ, ਹਿਮਾਚਲ, ਰਾਈਟ ਪੰਜਾਬ, ਰਾਈਟ ਪੰਜਾਬ, ਮਤਲਬ ਇਹ ਤਿੰਨ ਸਟੇਟਾਂ ਨੂੰ ਜੋੜਦਾ। ਤੇ ਵਾਇਰ ਬ੍ਰਿਜ ਸੀਗਾ, ਮੇਰੇ ਖਿਆਲ ਨਾਲ ਇਹ ਦੂਜਾ ਜਾਂ ਤੀਜਾ ਜਿਹੜਾ ਬ੍ਰਿਜ ਸੀਗਾ ਇੰਡੀਆ, ਜਿਹੜਾ ਵਾਇਰ ਬ੍ਰਿਜ ਬਣਿਆ ਸੀਗਾ, ਤੇ ਬਣਿਆ ਵੀ ਸੋਹਣਾ। ਤੇ ਆ ਜਿਹੜਾ ਰਣਜੀਤ ਸਾਗਰ ਡੈਮ ਦਾ ਹੀ ਪਾਣੀ ਹੈ, ਰਣਜੀਤ ਸਾਗਰ ਡੈਮ ਦਾ, ਇਹ ਵੀ ਰਣਜੀਤ ਸਾਗਰ ਡੈਮ ਦਾ ਜਿਹੜਾ ਪਾਣੀ ਸੀਗਾ, ਇਹ ਸਭ ਡੁੱਬਾ ਹੁੰਦਾ। ਸਾਹਮਣੇ ਜਿਹੜੇ ਮੰਦਰ ਮੁੰਦਰ ਆ ਰਹੇ ਆ, ਸਭ ਪਾਣੀ 'ਚ ਹੁੰਦੇ ਆ। ਜਿਹੜਾ ਤੁਸੀਂ ਮੰਦਰ ਦੇਖ ਰਹੇ ਹੋ ਨਾ ਸਾਹਮਣੇ, ਇਹ ਮੰਦਰ ਵੀ ਸਾਰਾ ਹੀ ਪਾਣੀ 'ਚ ਡੁੱਬਿਆ ਹੁੰਦਾ। ਤੁਸੀਂ ਬਾਕੀ ਆਲਾ ਦੁਆਲਾ ਸਾਰਾ ਪੂਰਾ ਪਹਾੜ ਦੇਖ ਸਕਦੇ ਹੋ, ਕਿੰਨੇ ਸੋਹਣੇ ਲੱਗ ਰਹੇ ਆ। ਅਤੇ ਇਸ ਸਾਈਡ ਵੀ ਸਨਸੈਟ ਦਾ ਵਿਊ, ਜਿਹਦਾ ਸਨ ਇਹ ਥੱਲੇ ਚੱਲਿਆ। ਆਹੋ, ਇੱਧਰ ਚੱਪੂ ਵਾਲੀ ਬੋਰਡ ਵੀ ਹੈ, ਸਪੀਡ ਬੋਰਡ ਵੀ ਹੈ। ਜਿਹੜੀ ਤੁਸੀਂ ਸਪੀਡ ਬੋਰਡ ਦੀ ਗੱਲ ਕਰ ਰਿਹਾ ਸੀ ਨਾ, ਇੱਥੇ ਸਪੀਡ ਬੋਰਡ ਕਰਨ ਦਾ ਮਜ਼ਾ ਹੈ। ਇਹ ਤੁਸੀਂ ਕਹਿ ਲਓ ਕਿ ਮਿੰਨੀ ਗੋਆ ਵੀ ਇੱਥੇ ਹੈ, ਜੇ ਐਂਡ ਕੇ ਇਹਨੂੰ ਹੀ ਕਹਿੰਦੇ ਆ। ਹਾਂ, ਇਹ ਸਾਰਾ ਇੱਧਰ ਅੱਗੇ ਸਾਰਾ ਮਿੰਨੀ ਗੋਆ, ਜਿਹੜਾ ਜੇ ਐਂਡ ਕੇ ਦਾ ਜਿਹੜਾ ਪਹਿਲਾਂ ਆਪਾਂ ਦੇਖਿਆ ਸੀ ਉਹ ਮਿੰਨੀ ਗੋਆ ਸੀਗਾ ਪੰਜਾਬ ਦਾ। ਬਟ ਉਹ ਆਪਾਂ ਜਿਹੜਾ ਚਰਮੋੜ ਗਏ, ਅੱਛਾ, ਉਹਦੀ ਬੈਕ ਸਾਈਡ 'ਤੇ ਚਰਮੋੜ ਦੀ ਬੈਕ ਸਾਈਡ 'ਤੇ ਉਹਦਾ ਮਿੰਨੀ ਗੋਆ, ਜੇ ਐਂਡ ਕੇ ਦਾ, ਮਤਲਬ ਜੇ ਐਂਡ ਕੇ ਆ ਗਿਆ ਪੰਜਾਬ, ਅਤੇ ਵਿੱਚ ਸਿੱਧਾ ਸਾਨੂੰ ਵੰਡਦਾ, ਸਿਰਫ ਆ ਪਾਣੀ ਵੰਡਦਾ ਪਿਆ ਜੇ ਐਂਡ ਕੇ ਪੰਜਾਬ ਨੂੰ, ਰਾਵੀ ਆ ਗਿਆ। ਹਾਂ, ਰਾਵੀ ਦਾ ਪਾਣੀ ਆ ਗਿਆ। ਅਤੇ ਉਹ ਦੇਖਦੇ ਤੁਸੀਂ ਸਾਹਮਣੇ ਸਪੀਡ ਬੋਟਿੰਗ ਹੋ ਰਹੀ ਹੈ, ਅਤੇ ਸਨਸੈਟ ਹੋਣ ਲੱਗਾ, ਅਤੇ ਬਹੁਤ ਹੀ ਘੈਂਟ ਵਿਊ ਆ ਰਿਹਾ। ਜਿਹੜਾ ਤੁਸੀਂ ਆਹ ਬ੍ਰਿਜ ਦੇਖ ਰਹੇ ਹੋ ਨਾ, ਇਹ ਬ੍ਰਿਜ 592 ਮੀਟਰ ਬਣਿਆ ਹੋਇਆ ਲੰਬਾ, ਇਹ ਰਾਵੀ ਰਿਵਰ ਤੋਂ ਉਹਦੇ ਉੱਪਰ ਬਣਿਆ। ਇਹ ਪੰਜਾਬ ਦੇ ਜੇ ਐਂਡ ਕੇ ਦੇ ਵਿੱਚ ਇੱਕ ਪੁੱਲ ਹੈ। ਅਤੇ ਬਾਕੀ ਇਹਦੇ ਬਾਰੇ ਤੁਹਾਨੂੰ ਦੱਸਦਾ ਕਿ ਇਹ 'ਚ ਨਾ ਅੱਜ ਸਾਰੇ ਵਾਇਰ ਕੇਬਲ 'ਤੇ ਖੜ੍ਹਾ, ਬਸ ਇੱਕ ਪਿੱਲਰ ਇੱਧਰ ਹੈ, ਦੂਜਾ ਪਿੱਲਰ ਉੱਧਰ ਹੈ, ਅਤੇ ਬਾਕੀ ਸਾਰੇ ਵਾਇਰ ਨਾਲ ਕਨੈਕਟਡ ਹੈ। ਇਹ ਬਣਿਆ ਸੀਗਾ 24 ਦਸੰਬਰ 2015 ਨੂੰ ਇਹ ਓਪਨ ਕੀਤਾ ਗਿਆ, ਜਿਹੜੇ ਆਪਣੇ ਡਿਫੈਂਸ ਮਿਨਿਸਟਰ ਸੀਗੇ ਮਨੋਹਰ ਪਰੀਕਰ, ਉਹਨਾਂ ਨੇ ਕੀਤਾ ਸੀ। ਬਾਕੀ ਇੱਥੋਂ ਵਿਊਜ਼ ਦੇਖ ਸਕਦੇ ਤੁਸੀਂ, ਅਤੇ ਥੱਲੇ ਬੋਟ ਵੀ ਚੱਪੂ ਵਾਲੀ ਜਿਹੜਾ ਆਪਾਂ ਕਹਿੰਦੇ ਹਾਂ ਉਹ ਵਾਲੀ ਵੀ ਹੈਗੀ ਹੈ, ਅਤੇ ਸਪੀਡ ਬੋਟਿੰਗ ਵੀ ਕਰਦੇ ਆ, ਉਹ ਦੇਖੋ ਤੁਸੀਂ ਦੇਖ ਸਕਦੇ ਹੋ। ਅਤੇ
ਬਾਕੀ ਮੇਨ ਇਹ ਹੈਗਾ ਤਾਂ ਵਿਊ ਤਾਂ ਬਹੁਤ ਹੀ ਘੈਂਟ ਹੈ ਇੱਧਰ ਦਾ, ਥੋੜ੍ਹੀ ਬਹੁਤ ਫੋਟੋ ਅਤੇ ਵੀਡੀਓ ਬਣਵਾਉਂਦੇ ਹਾਂ, ਅਤੇ ਬਾਕੀ ਹੋਰ ਅੱਗੇ ਚੱਲ ਕੇ ਹੋਰ ਵੀ ਚੀਜ਼ਾਂ ਦੇਖਦੇ ਇੱਥੇ ਹੋਰ ਕੀ ਹੈਗਾ। ਇਸੇ ਟਾਈਮ 'ਤੇ ਬ੍ਰਿਜ 'ਤੇ ਵੀ ਰਸ਼ ਪੈਂਦਾ ਹੈ ਕਿਉਂਕਿ ਲੋਕ ਇੱਥੇ ਮੋਸਟਲੀ ਸਨਸੈਟ ਹੀ ਦੇਖਣ ਆਉਂਦੇ ਆ। 10% ਰਸ਼ ਨਹੀਂ ਹੈ, ਹਾਂ ਮਤਲਬ ਕਿਉਂ ਥੋੜ੍ਹਾ ਚਲੋ ਵੈਦਰ ਦਾ ਵੀ ਇਸ਼ੂ ਹੈਗਾ ਅਤੇ ਕਈ ਬੱਦਲ ਦਾ ਵੀ ਹੈਗਾ, ਕਈ ਧੁੱਪ ਚੜ ਰਹੀ ਆ, ਚਲੋ ਅੱਜ ਧੁੱਪ ਚੜ੍ਹੀ ਸੀਗੀ ਬਟ ਹੁਣ ਜਦੋਂ ਪਹਿਲਾਂ ਆਏ ਸੀ ਉਦੋਂ ਸਾਨੂੰ ਵੀ ਲੱਭ ਰਹੀ ਸੀ ਪ੍ਰੋਪਰ, ਹੁਣ ਦੇਖੋ ਸਨਸੈਟ ਪੂਰਾ ਪ੍ਰੋਪਰ ਲੱਭ ਰਿਹਾ ਸਾਨੂੰ ਵੀ। ਇੱਥੋਂ ਵੀ ਥੱਲੇ ਦੇਖ ਸਕਦੇ ਹੋ ਕਿੱਦਾਂ ਪਾਣੀ 'ਚ ਪੂਰੀ ਸ਼ੇਡ ਆ ਰਹੀ ਹੈ ਸਨ ਦੀ, ਇਹ ਸਾਰੀ ਰਾਵੀਨੀ ਦਾ ਰਿਵਰ ਹੈ ਬਸ। ਬਾਕੀ ਆ ਬ੍ਰਿਜ ਬਣਿਆ, ਆਹੀ ਜਿਹੜੀ ਸੀ ਚੀਜ਼ਾਂ ਦੇਖਣ ਵਾਲੀਆਂ ਇੱਧਰ ਦੀਆਂ, ਇੱਕ ਆਹੀ ਆਪਾਂ ਵਿਊ ਵੀ ਦੇਖਣ ਆਏ ਸੀਗੇ ਅਤੇ ਬਹੁਤ ਵਧੀਆ ਲੱਗਾ ਇਹਦਾ ਵੀ ਐਕਸਪੀਰੀਅੰਸ। ਅਤੇ ਹੁਣ ਦੇਖਦੇ ਹਾਂ ਆਪਾਂ ਹੋਰ ਕੁਛ ਵੀ ਜੇ ਦੇਖਣ ਨੂੰ ਹੋਰ ਚੀਜ਼ਾਂ ਮਿਲਦੀਆਂ ਤਾਂ ਹੁਣ ਅੱਗੇ ਚੱਲਦੇ ਹਾਂ। ਜੇ ਪਹਾੜਾਂ 'ਚ ਜਾ ਕੇ ਜਿੰਨੇ ਮਰਜ਼ੀ ਵਿਊ ਦੇਖ ਲਓ ਨਾ ਉਨੇ ਹੀ ਘੱਟ ਹੈ, ਹਰ ਇੱਕ ਮੋੜ 'ਤੇ ਹਰ ਇੱਕ ਦਾ ਆਪਣਾ ਆਪਣਾ ਵਿਊ ਹੈਗਾ। ਇੱਧਰ ਹੀ ਬਹੁਤ ਹੀ ਘੈਂਟ ਆ ਰਿਹਾ, ਦੇਖ ਸਕਦੇ ਇੱਧਰ ਹੀ ਸੂਰਜ ਹਜੇ ਵੀ ਚੜ੍ਹਿਆ ਹੋਇਆ, ਲੱਥਿਆ ਨਹੀਂ ਹਜੇ ਵੀ ਮਤਲਬ, ਬਾਕੀ ਬਹੁਤ ਹੀ ਘੈਂਟ ਜਗ੍ਹਾ। ਅਤੇ ਹੁਣ ਆਪਾਂ ਇੱਧਰ ਰੁਕੇ ਹਾਂ, ਲੁਨਸੂ ਨਾਮ ਹੈ ਜਗ੍ਹਾ ਦਾ। ਹੁਣ ਆਪਾਂ ਇਸ ਜਗ੍ਹਾ 'ਤੇ ਰੁਕੇ ਹਾਂ, ਕੁਛ ਖਾਂਦੇ ਪੀਂਦੇ ਥੋੜ੍ਹਾ ਬਹੁਤ, ਫਿਰ ਆਪਾਂ ਅੱਜ ਦਾ ਸਫ਼ਰ ਕਰਾਂਗੇ ਖਤਮ ਕਿਉਂਕਿ ਅੱਜ ਵੀ ਕਾਫ਼ੀ ਲੰਬਾ ਲੰਬਾ ਹੀ ਹੋ ਗਿਆ, ਸਾਡੀ ਸਾਰੀ ਰਾਈਡ ਹੀ ਹੋ ਗਈ ਇੱਕ ਹਿਸਾਬ ਦੀ, ਬਟ ਇਹ ਕਾਰ ਰਾਈਡ ਕਰ ਲਈ ਹੈ। ਅਤੇ ਬਾਕੀ ਹੁਣ ਇਹੀ ਸੀਗਾ ਇੱਧਰ ਦਾ, ਅਤੇ ਹੁਣ ਇੱਧਰੋਂ ਆਪਾਂ ਥੋੜ੍ਹਾ ਕੁਛ ਖਾਂਦੇ ਪੀਂਦੇ ਹਾਂ ਫਿਰ ਅੱਗੇ ਚੱਲਦੇ ਹਾਂ। ਅੱਜ 2-3 ਜਗ੍ਹਾ 'ਤੇ ਆਪਾਂ ਘੁੰਮ ਆਏ ਹਾਂ ਅਤੇ ਆ ਕੇ ਆਪਾਂ ਗੱਡੀ ਲਾ ਕੇ, ਹੁਣ ਇਸ ਟਾਈਮ 'ਤੇ ਸਕੂਟੀ ਸੀਗੀ ਕਿਉਂਕਿ ਬਾਈਕ 'ਤੇ ਖੜੀਆਂ ਜਿਹੜੀਆਂ ਸ਼ੋਪ 'ਤੇ ਆ, ਅਤੇ ਬਾਈਕ ਲੈ ਨਹੀਂ ਚੱਲੇਗੀ ਸਕੂਟੀ 'ਤੇ ਹੀ, ਅੱਜ ਸਕੂਟੀ 'ਤੇ ਹੀ ਆ। ਹੁਣ 2-3 ਜਗ੍ਹਾ ਆਪਾਂ ਘੁੰਮ ਆਏ ਸੀ ਉਹ ਤੁਸੀਂ ਵਲੋਗ 'ਚ ਦੇਖ ਹੀ ਲੈਣੇ ਆ, ਹੁਣ ਆਪਾਂ ਸੋਚਿਆ ਥੋੜ੍ਹਾ ਕਠੂਆ ਨੂੰ ਵੀ ਲੋਕਲ ਐਕਸਪਲੋਰ ਕਰ ਆਈਏ, ਦੇਖ ਆਈਏ ਅਤੇ ਕੀ ਕੀ ਚੀਜ਼ਾਂ ਨੇ। ਬਾਕੀ ਚੱਲਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਇੱਧਰ ਦੀ ਵੀ ਮਾਰਕੀਟ, ਕਿਉਂ ਦੇਖੀ ਤਾਂ ਮੈਂ ਵੀ ਨਹੀਂ ਕਦੇ, ਸੁਣੀਆਂ ਜ਼ਰੂਰ ਹੈ, ਹਟਲੀ ਮੋੜ ਕਾਲੀ ਬੜੀ ਜਾ ਕੇ ਦੇਖਦੇ ਹਾਂ। ਬਾਕੀ ਹੁਣ ਪਹਿਲਾਂ ਸਿੱਧੇ ਹੀ ਆ ਕੇ ਭਰਤ ਬੇਕਰੀ ਰੁਕੇ ਹਾਂ, ਇੱਥੇ ਜਿਹੜੇ ਭਾਅ ਜੀ ਆ ਉਹਨਾਂ ਦੇ ਨੋਨ ਦੀ ਹੈਗੀ ਹੈ, ਇਹ 1954 ਦੀ ਬਹੁਤ ਪੁਰਾਣੀ ਸ਼ੌਪ ਹੈ, ਅਤੇ ਇੱਥੇ ਵੀ ਸਾਰੀ ਬੇਕਰੀ ਦਾ ਹੀ ਸਾਰਾ ਮਿਲਦਾ ਸਮਾਨ ਤੁਹਾਨੂੰ, ਬਾਕੀ ਅੰਦਰ ਚੱਲ ਕੇ ਦਿਖਾਉਂਦੇ ਹਾਂ। ਇਹ ਜੀ ਭਾਰਤ ਬੇਕਰੀ ਕਠੂਆ, ਵਨ ਆਫ ਦੀ ਓਲਡੈਸਟ ਸਿੰਸ 1954। ਇਹਦੀਆਂ 4 ਬ੍ਰਾਂਚਾਂ ਕਠੂਏ 'ਚ, ਚਾਰੋ ਕਠੂਏ 'ਚ, ਠੀਕ ਹੈ। ਮਤਲਬ ਫੇਮਸ ਕਾਹਦੇ ਲਈ ਹੈ ਮੇਨ, ਜਿਹੜੀ ਇਹਨੀ ਹੈਗੇ ਆਪਣੇ ਰਸ ਪੇਸ, ਰਸ ਬੰਸ, ਕਚੋਰੀਆਂ, ਫੈਨ, ਇਹ ਆਪਣੇ ਫੋਰਮੈਨ ਜੀ ਹੈਗੇ, ਬਾਕੀ ਆ ਦੱਸਦੇ ਆ ਤੁਹਾਨੂੰ। ਬਤਾਓ ਆਪ ਯਹਾਂ ਪੇ ਕਿਤਨੇ ਟਾਈਮ ਸੇ ਲਗੇ ਹੋ, ਤੋ ਆਪ 2 ਸਾਲ ਹੋ ਗਏ ਹੈ, ਤੋ ਆਪ
क्या था कि यहाँ पे आपको लगा कि जब अलग चीजें जो बन रही हैं कि कुछ तो फेमस चीज हो गई यहाँ की जो इतनी जो चार ब्रांचेस सिर्फ कठुआ में ओपन हुई हैं। उनका तो मैं नहीं कह सकता हूँ। अच्छा, मैं इस बिक्री की कह सकता हूँ कि जो यहाँ पे वैरायटी मिलती है वो आपको कठुआ के अंदर क्या पठानकोट के अंदर भी नहीं मिलती। मैं भी मुझे पहली बार लेके आया ना ये, मैं भी जलंधर से आया हूँ। अच्छा, आप हमारे कुकीज खा के देख लो। ठीक है, आपको पता चल जाएगा कि ये वैरायटी, बहुत से लोग आते हैं यहाँ कहते हैं कि यार यहाँ तो वैसा मिलता नहीं है, लेकिन कुछ लोग कहते हैं एक्सपेंसिव है। नहीं, अगर आप क्वालिटी ले रहे हो क्योंकि तो आपको अच्छी चाहिए फिर वो तो फिर है, अगर आप मान लो कि कहीं पैसे खर्च रहे हो फिर चीज आपको अच्छी मिल रही है फिर वो दुख नहीं है। यहाँ पे क्वालिटी मिलेगी, क्वांटिटी नहीं मिलेगी। हाँ, वही चीज है ना, क्वालिटी मिलेगी। जी, कठुआ का मेन चौक शहीदी चौक, कठुए का मेन चौक शहीदी चौक आ गया है। इतने असं 26 तरीक न पहुंच नहीं पाए, नहीं तो अभी इतने देखनी 26 तरीक की परेड। बिल्कुल, तो बस 26 तरीक पहुंच गए पर बहुत लेट पहुंचे, देख सकते हो इतने भी उदा लाइटा भी इदा लाई तिरंगे कलर की लाइया हुई। बाकी ये आ गई इन्हों की मेन मार्केट, मार्केट शुरू हो गई है। भारत बेकरी की दूजी ब्रांच मामू की हट्टी। अच्छा, ये मामू की हट्टी जिथे आप बेकरी जाके आए हैं, दूजी ब्रांच है। दो ब्रांच हो रही, लैफ्ट नू साइड किया और राइट साइड उपर जाके, ओके उधर भी जावे। कठुआ मार्केट है, बाजार च घूम का अलग ही मजा है। ਹੁਣ ਪਤਾ ਲੱਗਦਾ ਪਏ ਇੱਥੇ ਜਿਹੜੇ ਵੇਚਦੇ ਪਏ ਨਾ 20 ਰੁਪਏ ਕਿਲੋ 30 ਰੁਪਏ ਕਿਲੋ ਉਹ ਕਿਉਂ ਵੇਚੇ। ਟਾਈਮ ਹੋ ਗਿਆ ਰਾਤ ਦੇ 8:20 ਅਤੇ ਮਾਰਕੀਟ ਕਾਫੀ ਹੱਦ ਤੱਕ ਬੰਦ ਹੋ ਚੁੱਕੀ ਹੈ, ਅਤੇ ਮਾਰਕੀਟ ਹੋ ਚੱਲੀ ਅੱਜ ਤੋਂ ਜ਼ਿਆਦਾ ਬੰਦ, ਅਤੇ ਜਿੰਨੀ ਮਾਰਕੀਟ ਖੁੱਲੀ ਆ ਉੰਨੀ ਕੁ ਥੋੜ੍ਹੀ ਬਹੁਤ ਦੇਖ ਲਓ, ਅਤੇ ਬਾਕੀ ਤੁਹਾਨੂੰ ਆਪਾਂ ਦਿਖਾਵਾਂਗੇ ਸਵੇਰੇ ਜਾਂ ਦੁਪਹਿਰੇ ਕੱਲ੍ਹ ਆ ਜਾਵਾਂਗੇ, ਕਿਉਂਕਿ ਅੱਜ ਕਿਧਰੇ ਆਪਾਂ ਚੱਲ ਗਏ ਸੀਗੇ ਉਹ ਤੁਸੀਂ ਵਲੌਗ 'ਚ ਦੇਖ ਹੀ ਲਿਆ। ਅਤੇ ਹੁਣ ਮੈਨੂੰ ਸਾਹਮਣੇ ਝੂਲਾ ਵੀ ਇੱਕ ਦੇਖਦਾ ਪਿਆ, ਪਹਿਲਾਂ ਉੱਧਰ ਜਾ। ਇੱਥੇ ਕਠੂਆ 'ਚ ਲੱਗਾ ਕ੍ਰਾਫਟ ਮੇਲਾ, ਕ੍ਰਾਫਟ ਬਾਜ਼ਾਰ, ਅਤੇ ਚੱਲਦੇ ਅੰਦਰ ਇਹਨਾਂ ਚੀਜ਼ਾਂ ਦੇਖਦੇ ਹਾਂ ਇੱਥੇ ਦੀਆਂ ਕੀ ਕੁਛ ਹੈਗਾ। 100-150 ਰੁਪਏ 'ਚ ਇੱਥੇ ਕੁਛ ਕੱਪ ਅਤੇ ਮੱਗ ਸੀਗੇ, ਅਤੇ ਜਿਨ੍ਹਾਂ ਦਾ ਮੈਂ ਉੱਦਾਂ ਹੀ ਬਹੁਤ ਸ਼ੌਕੀਨ ਹਾਂ ਅਤੇ ਮੈਂ ਵੀ ਕੁਛ ਲੈ ਲਏ ਆ, ਅਤੇ ਹੁਣ ਇਹ ਵਲੌਗ 'ਚ ਹੀ ਦਿਖਾ ਨਹੀਂ ਸਕਦੇ, ਬਾਅਦ 'ਚ ਆਪਾਂ ਘਰ ਜਾ ਕੇ ਦੇਖਾਂਗੇ ਕਿਹੜੇ ਲਏ ਆ। ਬਾਕੀ ਅੱਗੇ ਦੇਖਦੇ ਹਾਂ ਮਾਰਕੀਟ ਹੋਰ ਵੀ। ਜਿੱਦਾਂ ਜਲੰਧਰ ਦਾ ਜੋਤੀ ਚੌਂਕ ਹੈ, ਇਹ ਕਠੂਏ ਦਾ ਜੋਤੀ ਚੌਂਕ ਹੈ, ਅਤੇ ਇਸ ਟਾਈਮ 'ਤੇ ਬਾਜ਼ਾਰ ਸਾਰਾ ਬੰਦ ਹੋ ਚੁੱਕਿਆ। ਬਾਕੀ ਹੁਣ ਜਿਹੜਾ ਥੋੜ੍ਹਾ ਬਹੁਤ ਖੁੱਲ੍ਹਿਆ ਉਹ ਸਾਰੀ ਵਿੱਚ ਹੀ ਮੰਡੀ ਹੈ, ਵਿੱਚ ਹੀ ਕੱਪੜਾ ਮਾਰਕੀਟ ਹੈ, ਵਿੱਚ ਹੀ ਕਰਿਆਨਾ ਮਾਰਕੀਟ, ਸਾਰਾ ਕੁਛ ਮਿਕਸ ਹੀ ਹੈ। ਅਤੇ ਬਸ ਮਾਰਕੀਟ ਕਾਫੀ ਹੱਦ ਤੱਕ ਬੰਦ ਹੋ ਚੁੱਕੀ ਹੈ, ਜਿਹੜੀ ਥੋੜ੍ਹੀ ਬਹੁਤ ਖੁੱਲ੍ਹੀ ਹੈ ਆਹੀ ਚੀਜ਼ਾਂ ਰਹਿ ਗਈਆਂ ਨੇ। ਬਾਕੀ ਹੁਣ ਦਿਖਾਵਾਂਗੇ ਤੁਹਾਨੂੰ ਇਹ ਵੀ ਕੱਲ੍ਹ ਦਿਨੇ ਜਾਂ ਕੱਲ੍ਹ ਦੁਪਹਿਰੇ ਭਾਅ ਜੀ ਲੈ ਕੇ ਆਇਓ, ਪੂਰੀ ਖੁੱਲ੍ਹੀ ਦੇਖਣੀ ਮਾਰਕੀਟ। ਇੱਧਰ ਹੁਣ ਲੈਫਟ ਸਾਈਡ 'ਤੇ ਜਿੰਨੀ ਵੀ ਮਾਰਕੀਟ ਹੈ ਸਾਰੀ ਖਾਣ ਪੀਣ ਦੀ ਫਾਸਟ ਫੂਡ ਦੀ ਸਾਰੀ ਮਾਰਕੀਟ ਹੈ, ਅਤੇ ਇਹ ਵੀ ਕਠੂਆ ਦੇ ਮੇਨ ਬਾਜ਼ਾਰ 'ਚ ਹੀ ਪੈ ਜਾਂਦੀ ਹੈ। ਇਹ ਹੈਗਾ ਕਿ ਇੱਥੇ ਵੀ ਜਿਹੜੇ ਸਾਰੇ ਬ੍ਰੈਂਡ ਜਾਂ ਲੋਕਲ ਸਭ ਕੁਛ ਖਾਣ ਨੂੰ ਮਿਲਦਾ ਹੈ ਅਤੇ ਘੈਂਟ ਮਿਲਦਾ ਹੋਏਗਾ, ਕਿਉਂਕਿ ਅਸੀਂ ਤਾਂ ਖਾਧੇ ਨਹੀਂ। ਹੁਣ ਆਹ ਹੰਗਰੀ ਪੁਆਇੰਟ ਆਪਣੇ ਜਲੰਧਰ 'ਚ ਵੀ ਹੈਗਾ, ਇੱਥੇ ਵੀ ਇਹਨਾਂ ਦੀ ਫਰੈਂਚਾਈਜ਼ੀ ਹੈਗੀ ਹੈ, ਬਲੈਕ ਬਾਨ ਅਤੇ ਬਾਕੀ ਹੋਰ ਸਭ ਕੁਛ ਖਾਣ ਨੂੰ ਪੀਣ ਨੂੰ ਅਤੇ ਗੱਡੀ 'ਚ ਬਹਿਣ ਨੂੰ ਉਹ ਚੀਜ਼ਾਂ ਵੀ ਹੈਗੀਆਂ ਨੇ। ਅੱਜ ਦਾ ਦਿਨ ਬਹੁਤ ਹੀ ਘੈਂਟ ਰਿਹਾ, ਬਹੁਤ ਹੀ ਵਧੀਆ ਸੀਗਾ। ਇੱਕ ਦੋ ਜਗ੍ਹਾ ਸੀਗੀਆਂ ਜਿਹੜੀ ਦੇਖਣ ਵਾਲੀਆਂ ਉਹ ਦੇਖ ਕੇ ਆਏ ਹਾਂ, ਅਤੇ ਨਾਲ ਨਾਲ ਤੁਹਾਨੂੰ ਦਿਖਾਇਆ ਬਾਜ਼ਾਰ ਹੀ ਜਾ ਕੇ ਆਏ ਹਾਂ। ਥੋੜ੍ਹਾ ਬਹੁਤ ਜਿਹੜਾ ਖੁੱਲ੍ਹਿਆ ਸੀ ਕਿਉਂਕਿ ਕਾਫੀ ਲੇਟ ਹੋ ਚੁੱਕੇ ਸੀਗੇ, ਅਤੇ ਹੁਣ ਆਪਾਂ ਜਾਵਾਂਗੇ ਕੱਲ੍ਹ ਮਾਰਕੀਟ 'ਚ, ਕੋਈ ਦੇਖਾਂਗੇ ਨਵੀਂ ਚੀਜ਼ਾਂ, ਅਤੇ
ਬਸ ਅੱਜ ਦਾ ਇੰਨਾ ਹੀ ਸੀਗਾ ਤੇ ਹੁਣ ਆਪਾਂ ਤੁਹਾਨੂੰ ਕੱਲ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਇੱਕ ਨਵੇਂ ਦਿਨ ਦੇ ਨਾਲ। ਕੱਲ ਵੀ ਕੁਛ ਇੰਟਰਸਟਿੰਗ, ਕੁਛ ਫਨ ਜਾਂ ਕੁਛ ਅਲੱਗ ਡਿਫਰੈਂਟ ਕਰਨ ਦੇਖਾਂਗੇ, ਕਿਉਂਕਿ ਮੈਨੂੰ ਤੇ ਇੱਥੇ ਦਾ ਪਤਾ ਨਹੀਂ ਹੈਗਾ ਜਿੰਨਾ ਕੋਲ ਮੈਂ ਭਾਜੀ ਉਹਨਾਂ ਕੋਲ ਆਇਆ। ਠੀਕ ਹੈ, ਇਹ ਵੀ ਸਾਡੇ ਬਹੁਤ ਪੁਰਾਣਾ ਰਿਲੇਸ਼ਨ ਸੀਗਾ ਨਾਲ, ਤੇ ਇਹੀ ਹੈ ਮੈਨੂੰ ਘੁਮਾ ਰਹੇ ਨੇ, ਤੇ ਮਤਲਬ ਅੱਜ ਦਾ ਵੀ ਬਹੁਤ ਘੈਂਟ ਰਿਹਾ, ਤੇ ਕੱਲ ਦਾ ਆਪਾਂ ਹੋਰ ਦੇਖਦੇ ਕੋਈ ਘੈਂਟ ਘੈਂਟ ਜਗ੍ਹਾ ਤੇ ਜਾਂਦੇ ਹਾਂ ਤੇ ਆਪਾਂ ਤੁਹਾਨੂੰ ਨਾਲ ਦਿਖਾਉਂਦੇ ਹਾਂ। ਤਬ ਤੱਕ ਉਦੋਂ ਤੱਕ ਤੇ ਸਾਡੇ ਚੈਨਲ ਨਾਲ ਸਾਡੇ ਨਾਲ ਜੁੜੇ ਰਹੋ ਤੇ ਸਾਨੂੰ ਪਿਆਰ ਸਪੋਰਟ ਕਰਦੇ ਰਹੋ। ਟਿਲ ਦੈਨ ਟੇਕ ਕੇਅਰ, ਬਾਬਾ ਰੱਬ ਰਾਖਾ।